ਲੈ ਵੀ ਇਹ ਜਾਨਦਾਰ ਕਾਰ ਉਹੀ ਰੱਖ ਸਕਦਾ ਜਿਹਦੇ ਅੱਗੇ ਬੰਦੇ ਚ ਵੀ ਜਾਣ ਹੋਵੇ, ਮਾੜਾ ਬੰਦਾ ਤਾਂ ਬਈ ਡੀਜ਼ਲ ਦਾ ਖਰਚਾ ਨਹੀਂ ਚੱਲ ਸਕਦਾ। ਬਿਲਕੁਲ ਕੰਡੀਸ਼ਨ ਕਿੱਦਾਂ ਜੀ ਵੀਰੇ? ਵਧੀਆ ਕੰਡੀਸ਼ਨ ਆ ਜੀ ਆਪਣੇ ਕੋਲ, ਕੰਡੀਸ਼ਨ ਦੀ ਤਾਂ ਗੱਲ ਨਾ ਕਰੇ ਕਰੋ, ਵਧੀਆ ਕਾਰ ਆ ਗਈ ਆਪਣੇ ਕੋਲ ਜੀ। ਫੋਨ ਹੀ ਉਹ ਬੰਦਾ ਕਰੇ ਜਿਹਨੇ ਚੰਗੀ ਕਾਰ ਲੈਣੀ ਆ, ਮਾੜੀ ਕਾਰ ਲੈਣ ਵਾਲਾ ਮੇਰਾ ਭਰਾ ਵੀਡੀਓ ਨੂੰ ਅੱਗੇ ਚਾੜ ਦੋ, ਚੱਕਰ ਨਹੀਂ। ਲੈ ਵੀ ਗੱਡੀ 'ਚ ਤੇਲ ਭਾਵਾਂ ਦੀ ਹੋਵੇ ਨਾ ਹੋਵੇ, ਅਲਾਏ ਜ਼ਰੂਰ। ਹਾਂਜੀ ਬਈ, ਪੰਜਾਬੀਆਂ ਦੀ ਇਹੀ ਤਾਂ ਖਾਸੀਅਤ ਆ ਬਈ, ਹਨਾ। ਅਲਟੋਆਂ ਦੇ ਵੀ ਅਲਾਏ ਤੁਹਾਨੂੰ ਮਿਲਣਗੇ ਬਈ, ਹਨਾ। ਦੇਖੋ ਬਈ ਜੈਟ ਬਲੈਕ, ਕੰਡੀਸ਼ਨ ਚੰਗੀ, ਵਧੀਆ ਕੰਡੀਸ਼ਨ ਹੈ ਜੀ। 2010 ਮਾਡਲ ਹੈ, ਮੋਹਾਲੀ ਦਾ ਨੰਬਰ ਹੈ ਜੀ। ਠੀਕ ਹੈ ਜੀ, ਜ਼ਿਆਦਾਤਰ ਮੋਹਾਲੀ ਨੰਬਰ ਕਾਰਾਂ ਜੀ ਆਪਾਂ ਵੱਲ ਲੋਕਲ ਵੀ। ਲੈ ਵੀ ਲੋਕਲ ਨੰਬਰ ਦੀਆਂ ਕਾਰਾਂ ਬਈ, ਕਾਰ ਅੰਦਰੋਂ ਵੀ ਸੋਹਣੀ ਹੈ, ਠੀਕ ਹੈ। ਹਾਂਜੀ, ਤੇ ਕਿੰਨਾ ਰੇਟ ਦਾ? ਆ ਗਈ ਝੋਟਾ ਕਾਰ, ਇਹ ਵੀਰੇ ਡਿਮਾਂਡ 'ਚ ਗੱਡੀ ਆਈ ਹੈ, ਪਹਿਲੀ ਐਂਡੇਵਰ ਦੇ ਬਾਜੀ। ਕਮੈਂਟ ਵੀ ਬਹੁਤ ਕਰਿਆ, ਡੀਜ਼ਲ ਨਹੀਂ ਪੈਣਾ ਕੋਈ ਕੁਛ, ਅਗਲਾ ਜਿਹੜਾ ਲੈ ਰਿਹਾ ਐਡਾ ਝੋਟਾ ਡੀਜ਼ਲ ਪਵਾਊਗਾ ਵੀ ਹੈ, ਠੀਕ ਹੈ। ਇਹ ਡਿਮਾਂਡ ਦੇ ਸਪੈਸ਼ਲ ਆਈ ਹੈ, ਪਹਿਲੀ ਕਾਰ ਦੇ ਮੈਂ ਘੱਟੋ ਘੱਟ 5000 ਫੋਨ ਆਏ ਹੋਣੇ ਜੀ। ਇੱਕ ਗੱਲ ਆਪਣੇ ਲੋਕ ਕਹਿੰਦੇ ਨੇ ਤਾਂ ਖਰਚਾ ਬਹੁਤ ਹੈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦਾ ਚਰਚਾ ਵੀ। ਆਜੋ ਵਿਜ਼ਿਟ ਕਰ ਲਿਓ, ਨਾਲੇ ਤਾਂ ਚਾਹ ਪੀਵਾਂਗੇ, ਨਾਲੇ ਤੁਹਾਨੂੰ ਗਾਦੀ ਲੈਣੀ ਨਹੀਂ ਲੈਣੀ ਉਹ ਤੁਹਾਡੀ ਇੱਛਾ ਜੀ, ਪਰ ਚਾਹ ਤੁਹਾਨੂੰ ਜ਼ਰੂਰ ਪਿਲਾ ਕੇ ਭੇਜਾਂਗਾ ਜੀ, ਠੀਕ ਹੈ ਜੀ। ਕਾਰ 38000 ਚੱਲੀ ਵੀ ਹੈ ਜੀ, ਲਫਾਫੇ ਵੀ ਨਹੀਂ ਉਤਰਾ ਪਈ ਥੱਲੋਂ ਹਲੇ, ਹਨਾ। ਹਿਸਾਬ ਨਾਲ ਗੱਡੀ ਜਾਂਦੀ ਹੈ ਬਈ, ਹਨਾ, ਖੋਪੇ ਭੰਨ ਕੇ ਜਾਂਦੀਆਂ ਨੇ। ਹਾਂਜੀ ਸਾਗਨ, ਵੀ ਪਤਾ ਵੀ ਚੰਗੀ ਚੀਜ਼ ਜਾ ਰਹੀ ਹੈ ਤਾਂ ਖੋਪਾ ਭੰਨਣਾ ਬਣਦਾ ਹੀ ਹੈ। ਹਾਂਜੀ, ਸਤਿ ਸ਼੍ਰੀ ਅਕਾਲ। ਅਗਰ ਤੁਸੀਂ ਵੀ ਘਰੇ ਰੱਖਣ ਵਾਸਤੇ ਕਾਰਾਂ ਲੱਭ ਰਹੇ ਹੋ ਬਈ, ਕੋਈ ਘਰੇਲੂ ਕਾਰਾਂ ਤੁਹਾਨੂੰ ਮਿਲ ਜਾਣ, ਤਾਂ ਇਹ ਵੀਡੀਓ ਤੁਹਾਡੇ ਵਾਸਤੇ। ਅੱਜ ਆਪਾਂ ਖੜੇ ਹਾਂ ਬਈ ਟ੍ਰਾਈਸਿਟੀ ਕਾਰਸ ਮੋਹਾਲੀ ਸੈਕਟਰ 77 ਦੇ ਵਿੱਚ। ਬਹੁਤ ਵਧੀਆ ਕਾਰਾਂ ਸਟੋਕ ਆ, ਲਗਭਗ ਤੁਹਾਨੂੰ 25 ਕਾਰਾਂ ਦੇਵਾਂਗੇ ਅੱਜ ਆਪਾਂ। ਬਾਈ ਢਿੱਲੋਹਰੀ ਆਪਣੇ ਨਾਲ ਰਹਿਣਗੇ, ਗੱਲਬਾਤ ਕਰਾਂਗੇ ਇਹਨਾਂ ਨਾਲ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਵੀਰੇ ਪੇਜ ਦੇ ਉੱਪਰ, ਹਨਾ। ਅਤੇ ਬਈ ਮੈਂ ਕਿਹਾ ਵੀ ਘਰੇ ਰੱਖਣ ਵਾਸਤੇ ਕਾਰਾਂ ਲੈਣੀਆਂ ਆਪਣੇ ਮਿੱਤਰਾਂ ਨੇ, ਹਨਾ। ਬਿਲਕੁਲ, ਵੀ ਬਾਕੀ ਜਿਹੜੀ ਆਪਣੇ ਲਵੇ ਕਾਰਾਂ ਸਾਰੀਆਂ ਹੈ ਘਰੇ ਰੱਖਣ ਵਾਸਤੇ? ਘਰੇ ਰੱਖਣ ਵਾਸਤੇ ਹੀ ਹੈ ਸਾਰੀਆਂ, ਵਧੀਆ ਟਿਪ ਟੋਪ ਕਾਰਾਂ ਜੀ। ਠੀਕ ਹੈ ਜੀ, ਲੈ ਵੀ ਟਿਪ ਟੋਪ ਕਾਰਾਂ ਬਈ, ਹਨਾ। ਅਤੇ ਜੇ ਕਿਸੇ ਮੇਰੇ ਭਰਾ ਨੇ ਕੋਈ ਕਾਰ ਲੈਣੀ ਆ ਤਾਂ ਤੁਸੀਂ ਵਿਜ਼ਿਟ ਕਰ ਲਿਓ ਬਈ ਮੋਹਾਲੀ ਦੇ ਵਿੱਚ। ਇੱਕ ਵਾਰ ਆਪਾਂ ਬਈ ਕੈਮਰਾ ਘੁਮਾ ਦੇ ਮੇਰਾ ਭਰਾ ਗੁਰਪ੍ਰੀਤ, ਸਾਰੀਆਂ ਕਾਰਾਂ ਦਿਖਾ ਦੇ ਵੀ। ਆਪਾਂ ਕਹਿੰਦੇ ਵੀ 2-3 ਲੱਖ ਰੁਪਏ ਤੋਂ ਲੈ ਕੇ ਬਈ, ਹਨਾ, 40-50 ਲੱਖ ਤੱਕ ਦੀ ਜਿੱਦਾਂ ਦੀ ਮਰਜ਼ੀ ਕਾਰ ਦੀ ਡਿਟੇਲ ਬਾਈ ਤੋਂ ਤੁਸੀਂ ਲੈ ਕੇ ਜਾ ਸਕਦੇ ਹੋਗੇ, ਠੀਕ ਹੈ ਬਈ। ਸਾਰੀਆਂ ਕਾਰਾਂ ਅਵੇਲੇਬਲ ਹੋ ਜਾਣਗੀਆਂ, ਨੰਬਰ ਮੈਂ ਸਕਰੀਨ 'ਤੇ ਪਾ ਤੇ, ਵਿਜ਼ਿਟ ਕਰ ਲਿਓ। ਅਤੇ ਪਹਿਲੀ ਕਾਰ ਤੋਂ ਹੁਣ ਬਈ ਆਪਾਂ ਗੱਲ ਕਰੀਏ, ਆਪਾਂ I-20 ਦਿੰਦੇ ਆਪਣੇ ਭਰਾਵਾਂ ਨੂੰ ਬਈ। ਆ ਜਾਓ ਫਿਰ, ਤੁਹਾਨੂੰ I-20 ਤੋਂ ਸ਼ੁਰੂ ਕਰਾ ਦੀ ਆਪਾਂ, ਅਲਾਏ ਵੀਲਾਂ ਦੇ ਨਾਲ ਪਹਿਲੀ ਕਾਰ ਆਪਣੇ ਲਵੇ। ਕਿੰਨਾ ਮਾਡਲ ਹੈ ਵੀਰੇ? 2013 ਜੀ। ਕੰਡੀਸ਼ਨ ਦੀ ਵਧੀਆ? ਕੰਡੀਸ਼ਨ ਵਧੀਆ ਜੀ। ਲੈ ਵੀ 13 ਮਾਡਲ ਕਾਰ, ਤੇ ਰੇਟ ਕਰਦਾ? ਰੇਟ ਵੀਰੇ 2,30,000 ਜੀ, ਸਪੋਰਟਸ ਮਾਡਲ ਹੈ ਜੀ। 2,30,000 ਰੇਟ ਜਾਇਜ਼ ਆ ਬਾਈ, ਹੈ ਨਾ। 2,30,000 ਰੁਪਈਆਂ ਦੇ ਵਿੱਚ ਤੁਹਾਨੂੰ ਕਾਰ ਮਿਲ ਜਾਣੀ ਆ, ਤੇ ਇਹਦਾ ਕਾਰ ਦਾ ਨੰਬਰ ਵੀ ਸੋਹਣਾ ਬਾਈ, ਹੈ ਨਾ। ਹਾਂਜੀ, HR ਵੀ ਲੋਕਲ ਹੈ ਜੀ। ਠੀਕ ਹੈ। ਹਾਂਜੀ, ਓਕੇ। ਤੇ ਲੋਨ ਹੋ ਜਾਣਾ ਵੀਰੇ? ਲੋਨ ਹੋ ਜਾਏਗਾ ਜੀ। ਓਕੇ। ਤੇ ਅਗਲੀ ਫਿਓਰ ਦੀ ਫਿਗੋ ਵੀਰੇ, ਇਹ ਕਿੰਨਾ ਮਾਡਲ? ਫਿਗੋ ਵੀਰੇ 2014 ਮਾਡਲ ਹੈ ਜੀ। ਹਾਂਜੀ ਹਾਂਜੀ, ਪੰਜਾਬ ਨੰਬਰ ਹੈ ਜੀ, ਫਸਟ ਓਨਰ ਕਾਰ ਹੈ ਜੀ, ਵਧੀਆ ਕਾਰ ਹੈ ਜੀ। ਤੇ ਰੇਟ ਦਾ? ਰੇਟ ਵੀਰੇ ਮਿਲ ਜਾਏ ਲਾਸਟ 2,25,000 ਦੀ ਜੀ। 2,25,000? ਹਾਂਜੀ, 2014 ਮਾਡਲ ਹੈ ਡੀਜ਼ਲ ਦੀ। 14 ਮਾਡਲ, 2,25,000 ਰੁਪਈਆਂ ਦੀ ਕਾਰ ਮਿਲ ਜਾਣੀ ਤੁਹਾਨੂੰ। ਤੇ ਅਗਲੀ ਤੁਹਾਨੂੰ ਬਈ ਆ ਟਾਟਾ ਦੀ ਕਾਰ ਆ, ਟੈਗੋ 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 ਜੀ, 16 ਮਾਡਲ ਜੀ, ਡੀਜ਼ਲ। 16? ਹਾਂਜੀ। ਲੈ ਵੀ ਕਾਰ ਸੋਹਣੀ ਹੈ, ਡੀਜ਼ਲ 'ਚ? ਹਾਂ ਡੀਜ਼ਲ 'ਚ। ਐਵਰੇਜ ਤਾਂ ਇਹਨੇ ਪੂਰੀ ਦੇਣੀ ਹੈ ਗੱਡਮੀ, ਮੈਂ 20-25 ਦੀ 25 ਦੀ ਦਿੰਦੀ ਹੈ ਜੀ। ਠੀਕ ਹੈ। ਹਾਂਜੀ ਬਈ, ਗੱਡਮੀ ਐਵਰੇਜ ਦਊ ਤੁਹਾਨੂੰ, ਚਾਰੇ ਪਾਵਰ ਵਿੰਡੋ ਆ, ਕਾਰ ਸੋਹਣੀ ਆ, ਨਾਲੇ ਬਿਲਡ ਕੁਆਲਿਟੀ ਦੀ ਵੀ ਬਹੁਤ ਸੋਹਣੀ ਕਾਰ ਆ ਬਈ, ਹੈ ਨਾ। ਇਹ ਇਸ ਵਾਰ ਹਰੇਕ ਕੰਪਨੀ ਦੀਆਂ ਕਾਰਾਂ ਲੈ ਕੇ ਆਏ ਆਪਾਂ ਜੀ। ਠੀਕ ਹੈ, ਫੋਰਡ, ਟਾਟਾ, ਸਭ ਕੰਪਨੀ ਦੀਆਂ ਜੀ। ਆਟੋਮੈਟਿਕ ਐਡਜਸਟੇਬਲ ਮਿਰਰ ਵੀ ਮਿਲਦੇ ਨੇ ਆਪਾਂ ਨੂੰ। 16 ਮਾਡਲ ਕਾਰ ਹੈ, ਓਨਰ ਫਸਟ ਸੈਕੰਡ? ਫਸਟ ਓਨਰ ਹੈ ਜੀ, ਪੰਜਾਬ ਨੰਬਰ ਹੈ, ਮਾਲੀ ਦਾ ਨੰਬਰ ਹੈ ਜੀ। ਰੇਟ ਇਹ ਵੀਰੇ ਮਿਲ ਜਾਏ 3,45,000 ਕੀ ਲਾਸਟ ਜੀ। 3,45,000 ਦੀ? ਹਾਂਜੀ, 16 ਮਾਡਲ। ਹਾਂਜੀ ਬਾਈ, ਰੇਟ ਚੈੱਕ ਕਰ ਲਓ, 3,45,000, 16 ਮਾਡਲ। ਬਾਕੀ ਮੌਕੇ ਤੁਹਾਡਾ ਮਾਨ ਤਾਨ ਵੀ ਹੋ ਜੂ, ਕੋਈ ਚੱਕਰ ਨਹੀਂ, ਆਓ ਵਿਜ਼ਿਟ ਕਰ ਲਿਓ। ਡੀਜ਼ਲ ਲੋਨ ਤੁਹਾਡਾ ਹੋ ਜੂ? ਡੀਜ਼ਲ ਮਿਲਦੀ ਨਹੀਂ ਹੈ, 16 ਮਾਡਲ ਬਈ, ਅੱਜ ਕੱਲ ਪੈਟਰੋਲ ਆਉਂਦੀ ਆ ਬਾਈ। ਠੀਕ ਹੈ, ਜੇ ਕਿਸੇ ਨੇ ਲੈਣੀ ਹੈ ਡੀਜ਼ਲ ਦੀ ਤਾਂ ਲੈ ਜਾਓ, ਤੇ ਲੋਨ ਤੁਹਾਡਾ ਹੋ ਜੂਗਾ, ਹੋ ਜੂਗਾ ਜੀ, ਹਨਾ।
ਤੇ ਤੁਹਾਡਾ ਸਿੱਬਲ ਵਧੀਆ ਹੋਣਾ ਚਾਹੀਦਾ ਮੇਰਾ ਬਾਈ ਹਨਾ, ਲੋਨ ਉਹਦਾ ਹੋਣਾ ਜੀ। ਬਿਲਕੁਲ ਜੀ ਬਿਲਕੁਲ, ਸਿੱਬਲ ਵਧੀਆ ਹੋਣਾ ਚਾਹੀਦਾ ਜੀ। ਕਿਤੇ ਆ ਕੇ ਬਾਈ ਹਨਾ ਟੱਕਰਾ ਮਾਰੋ ਵੀ ਯਾਰ ਸਾਡਾ ਲੋਨ ਨਹੀਂ ਹੁੰਦਾ, ਤੁਸੀਂ ਲੋਨ ਕਹਿੰਦੇ ਸੀ, ਸਿੱਬਲ ਤੁਹਾਡਾ ਵਧੀਆ ਹੋਣਾ ਚਾਹੀਦਾ ਤਾਂ ਹੋ। 12 ਮਾਡਲ ਤੋਂ ਸਟਾਰਟ ਕਰਦੇ ਆ ਜੀ ਲੋਨ ਵੀ ਜੀ, 10 11 ਮਾਡਲ ਤੇ ਲੋਨ ਨਹੀਂ ਹੁੰਦਾ ਜੀ। ਅੱਛਾ ਆਹ ਮਾਡਲ ਵੀਰੇ? ਆਹ ਵੀਰੇ 8 ਮਾਡਲ ਹੈ ਜੀ, ਹਾਂਜੀ ਪਾਸ ਹੋਈ ਵੀ 28 ਤੱਕ ਜੀ, ਪੰਜਾਬ ਨੰਬਰ ਹੈ ਜੀ। ਠੀਕ ਹੈ ਹਾਂਜੀ। ਲੈ ਵੀ ਕਾਰ ਸੋਹਣੀ ਆ ਬਾਈ ਹਨਾ, ਹਾਂਜੀ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਪੈਟਰੋਲ ਦੀ ਹੈ, ਵਧੀਆ ਪੈਟਰੋਲ ਦੀ ਕਾਰ ਹੈ। ਰੇਟ ਇਹਦਾ? ਰੇਟ ਵੀਰੇ ਆ ਮਿਲ ਜਾਏਗੀ ਲਾਸਟ 1,25,000 ਰੁਪਏ ਜੀ, 1,25,000 ਰੁਪਏ ਜੀ। ਲੈ ਵੀ 8 ਮਾਡਲ ਕਾਰ 28 ਤੱਕ ਪਾਸ ਹੈ ਜੀ, 1,25,000 ਰੁਪਇਆ ਰੇਟ ਆ ਕਾਰ ਦਾ। ਲੈ ਜਾਓ ਜੇ ਕਿਸੇ ਨੇ ਲੈਣੀ ਆ। ਕਾਰ ਵੀ ਹੈਗੀ ਆ, ਨੰਬਰ ਕਿਸੇ ਦਾ? ਪੰਜਾਬ ਦਾ ਜੀ, ਪੰਜਾਬ ਦਾ ਪਾਸ ਹੋਈ ਵੀ ਹੈ ਜੀ। ਲੈ ਵੀ ਅਗਲੀ ਅਗੇਨ ਫੋਰਡ ਫਿਗੋ ਵੀਰੇ, ਇਹ ਮਾਡਲ ਇਹ ਵੀਰੇ 2011 ਮਾਡਲ ਹੈ ਜੀ, VIP ਨੰਬਰ ਹੈ, ਛੋਟਾ ਲੱਗਿਆ ਵਾ ਜੋੜੇ ਵਾਲਾ ਜੀ, ਮਹਾਲੀ ਦਾ ਨੰਬਰ ਹੈ ਜੀ। ਹਾਂਜੀ ਹਾਂਜੀ। ਲੈ ਵੀ ਗੱਡੀ 'ਚ ਤੇਲ ਭਾਵਾਂ ਦੀ ਹੋਵੇ ਨਾ ਹੋਵੇ, ਅਲਾਏ ਜ਼ਰੂਰ। ਹਾਂਜੀ ਬਈ, ਪੰਜਾਬੀਆਂ ਦੀ ਇਹੀ ਤਾਂ ਖਾਸੀਅਤ ਆ ਬਾਈ ਹਨਾ। ਬਿਲਕੁਲ ਜੀ। ਤੇ ਕੰਡੀਸ਼ਨ ਬਹੁਤ ਸੋਹਣੀ ਆ ਬਈ, ਵਧੀਆ ਕੰਡੀਸ਼ਨ ਹੈ ਕਾਰ ਦੀ ਜੀ। ਤੇ ਰੇਟ ਕਾਰ ਦਾ? ਰੇਟ ਵੀਰੇ ਇਹਦਾ ਲੱਗ ਜਾਏਗਾ ਲਾਸਟ ਰੇਟ 1,65,000 ਦੀ ਲਾਸਟ ਕਾਰ ਮਿਲ ਜੂਗੀ ਜੀ। 1,65,000 ਰੁਪਈਏ ਦੇ ਵਿੱਚ ਬਈ ਹਨਾ। ਤੇ ਕਾਰ ਸੋਹਣੀ ਆ ਬਈ, ਲੈ ਜਾਓ ਜੇ ਕਿਸੇ ਨੇ ਕਾਰ ਲੈਣੀ ਆ। 66 ਨੰਬਰ ਹੈ ਜੀ। ਲੈ ਵੀ ਕਾਰ ਸੋਹਣੀ ਹੈ। ਤੇ ਅਗਲੀ ਕਾਰ ਤੁਹਾਨੂੰ ਆਪਾਂ ਕਾਲੀ ਸ਼ਾਹਕਾਰੀ ਜਿਹੜੀ ਕਾਰ ਦੇਣ ਜਾ ਰਹੇ ਹਾਂ, ਇੱਥੇ ਤਾਂ ਇੱਥੇ ਅਲਟੋਆਂ ਦੇ ਵੀ ਲਾਏ ਤੁਹਾਨੂੰ ਮਿਲਣਗੇ ਬਈ ਹਨਾ। ਦੇਖੋ ਬਈ ਕਾਲੇ ਰੰਗ ਦੀ, ਹਾਂ। ਤੇ ਕੰਡੀਸ਼ਨ ਚੰਗੀ? ਵਧੀਆ ਕੰਡੀਸ਼ਨ ਹੈ ਜੀ, 2010 ਮਾਡਲ ਹੈ। ਠੀਕ ਆ। ਓਨਰ ਤਾਂ ਹੋਣੀ ਦੂਜੇ ਤੀਜੇ? ਦੂਜੇ ਜੀ, ਦੂਜੇ ਮੋਹਾਲੀ ਦਾ ਨੰਬਰ ਹੈ ਜੀ। ਠੀਕ ਹੈ। ਹਾਂਜੀ, ਜ਼ਿਆਦਾਤਰ ਮੋਹਾਲੀ ਨੰਬਰ ਕਾਰਾਂ ਜੀ ਆਪਾਂ ਵਾ, ਲੋਕਲ ਵੀ ਲਈ, ਲੋਕਲ ਨੰਬਰ ਦੀਆਂ ਕਾਰਾਂ ਬਈ, ਕਾਰ ਅੰਦਰੋਂ ਵੀ ਸੋਹਣੀ ਹੈ। ਠੀਕ ਹੈ ਹਾਂਜੀ। ਤੇ ਕਿੰਨਾ ਰੇਟ ਦਾ ਇਹ ਵੀਰੇ? ਲਾਸਟ ਆਪਾਂ ਨੂੰ ਲੱਗ ਜੂਗੀ ਕਾਰ 1,65,000 ਦੀ ਜੀ। 1,65,000 ਆਈ ਜੀ। ਠੀਕ ਹੈ ਹਾਂਜੀ। ਤੇ ਸੋਹਣੀ ਕਾਰ ਆ ਬਈ, ਲੈ ਜਾਓ ਜੇ ਕਿਸੇ ਨੇ ਕਾਰ ਲੈ ਕੇ ਆਣੀ ਆ। ਅਗਲੀ ਆ ਗਈ ਆਪਣੇ ਲਵੇ ਬਲੈਨੋ, ਬਲੈਨੋ ਜੀ, ਹਾਂ 17 ਮਾਡਲ ਪੈਟਰੋਲ ਜੀ, ਪੈਟਰੋਲ ਹਾਂਜੀ। ਠੀਕ ਹੈ। ਲੈ ਵੀ ਜੇ ਕਿਸੇ ਦੀ ਘੱਟ ਚਲਾਈ ਹੈ, ਜੇ ਕੋਈ ਕਹਿੰਦਾ ਸੀ ਯਾਰ ਘੱਟ ਚਲਾਵੇ ਵਾਲੀ ਕਾਰ ਲੈਣੀ ਹੈ, ਤਾਂ ਵਾਲੀ ਕਾਰ ਲੈ ਕੇ ਜਾ ਸਕਦੇ ਤੁਸੀਂ, ਬਲੈਨੋ ਕਾਰ ਹੈ। ਚੱਲੀ ਵੀ ਘੱਟ ਹੈ ਜੀ, 70-75,000 ਚੱਲੀ ਵੀ ਹੈ ਸਾਰੀ। ਠੀਕ ਹੈ। ਅਤੇ ਕਾਰ ਘੈਂਟ ਆ ਵੀ ਪੈਟਰੋਲ 'ਤੇ ਹੈ ਨਾ। ਅਤੇ ਲੋਨ ਕਿੰਨਾ ਹੋ ਜੂਗੀ ਵੀਰੇ? ਲੋਨ ਵੀ 4,00,000 ਰੁਪਏ ਦਾ ਹੋ ਜਾਏਗਾ ਵੀਰੇ। 4,00,000 ਰੁਪਏ ਦਾ? ਠੀਕ ਹੈ। ਇਹਦਾ ਕਿੰਨਾ ਰੇਟ? ਲਾਸਟ ਵੀਰੇ 4,75,000 ਦੀ ਕਾਰ ਮਿਲ ਜੂਗੀ ਜੀ। ਮਾਡਲ 2000? 17 ਜੀ, 17 ਹਾਂਜੀ। ਇਹ ਵੀ 17 ਮਾਡਲ ਸਵਿਫਟ ਦੇ ਰੇਟ ਦੇ ਵਿੱਚ ਕਾਰ ਮਿਲ ਗਈ ਆਪਾਂ ਨੂੰ ਬਲੈਨੋ, ਹਨਾ ਬਈ? ਬਿਲਕੁਲ ਸਰ, ਇਹ ਲੋਕ ਕਿਹਦੇ ਉੱਪਰ ਸਟੀਅਰਿੰਗ ਆ, ਬਟਨ ਆ ਗਏ, ਸਭ ਕੁਝ ਆ ਗਿਆ ਜੀ। ਹਾਂਜੀ, ਸਵਿਫਟ ਤੇ ਨਹੀਂ ਆਉਂਦੇ? ਹਾਂਜੀ ਆਉਂਦੇ ਆ, ਸਿਫਟ ਦੇ ਉੱਪਰਲੇ ਮਾਡਲ ਦੇ, ਡੈਲਟਾ ਮਾਡਲ ਐਸਾ ਆਪਸ਼ਨਲ ਜੀ। ਠੀਕ ਹੈ ਹਾਂਜੀ। ਲੈ ਵੀ ਆ ਗਈ ਝੋਟਾ ਕਾਰ ਇਹ ਵੀਰੇ, ਡਿਮਾਂਡ 'ਚ ਗੱਡੀ ਆਈ ਹੈ, ਪਹਿਲੀ ਐਂਡੇਵਰ ਦੇ ਬਾਈ ਕਮੈਂਟ ਵੀ ਬਹੁਤ ਕਰਿਆ, ਡੀਜ਼ਲ ਨਹੀਂ ਪੈਣਾ ਕੋਈ ਕੁਛ, ਅਗਲਾ ਜਿਹੜਾ ਲੈ ਰਿਹਾ ਐਡਾ ਝੋਟਾ ਡੀਜ਼ਲ ਪਵਾਊਗਾ ਵੀ ਹੈ। ਠੀਕ ਹੈ, ਇਹ ਡਿਮਾਂਡ ਦੇ ਸਪੈਸ਼ਲ ਆਈ ਹੈ, ਪਹਿਲੀ ਕਾਰ ਦੇ ਮੈਂ ਘੱਟੋ ਘੱਟ 5,000 ਫੋਨ ਆਏ ਹੋਣੇ ਜੀ। ਇੱਕ ਗੱਲ ਆਪਣੇ ਲੋਕ ਕਹਿੰਦੇ ਨੇ ਤਾਂ ਖਰਚਾ ਬਹੁਤ ਹੈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦਾ ਚਰਚਾ ਵੀ ਬਹੁਤ ਹੈ। ਚਰਚਾ ਵੀ ਝੋਟੇ ਘਰਾਂ ਲੱਸੀ ਵਾਲਾ ਕੰਮ, ਕਹਿੰਦੇ ਝੋਟੇ ਘਰਾਂ ਲੱਸੀ ਪਾਲਦਾ ਉਹ ਕੰਮ। ਠੀਕ ਹੈ। ਅੱਛਾ ਵੀਰੇ ਦੇਖੋ ਵੀ ਇਹ ਕਾਰ ਇੱਦਾਂ ਦੀ ਹੈ ਨਾ ਵੀਰੇ, ਹਾਂ ਹੁਣ ਤਾਂ ਹੈ ਨਹੀਂ ਇੰਡੀਆ ਦੇ ਵਿੱਚ ਹੈ ਨਾ ਇੱਦਾਂ ਦੀ ਕਾਰ ਆ ਰਹੀ ਹੈ ਦੁਬਾਰੇ ਜੀ, ਦੁਬਾਰੇ ਆ ਗਈ, ਖੈਰ ਹੁਣ ਇਹ ਵਾਲੇ ਮਾਡਲ ਤਾਂ ਉਹਨਾਂ ਨੇ ਕੱਢਣੇ ਕੋਈ ਨਹੀਂ। ਹਾਂਜੀ। ਤੇ ਇਹਦਾ ਇੰਜਣ ਗੇਅਰ ਕਿੱਦਾਂ ਦਾ? ਇੰਜਣ ਗੇਅਰ ਵਧੀਆ ਜੀ, ਆਟੋਮੈਟਿਕ 4x4 ਹੈ ਜੀ। ਲੈ ਆਟੋਮੈਟਿਕ 4x4 ਲੈ ਵੀ ਹੈ ਨਾ, ਪਹਾੜਾਂ ਤੇ ਚੜ੍ਹ ਜੂਗੀ, ਲਾਊ ਪੂਰਾ ਜ਼ੋਰ, ਕਾਰ ਬਹੁਤ ਸੋਹਣੀ ਅੰਦਰੋਂ। ਕਾਰ ਚੈੱਕ ਕਰੋ ਬਈ, ਟਾਇਰ ਨਵੇਂ ਹੈ ਜੀ, ਨਿਊ ਬ੍ਰਾਂਡ ਟਾਇਰ ਹੈ ਜੀ ਗੱਡੀ ਦੇ। ਲੈ ਵੀ ਅੰਦਰੋਂ ਵੀ ਬਹੁਤ ਸੋਹਣੀ ਕਾਰ ਹੈ, ਜਿਹੜਾ ਕੋਈ ਪੁਰਾਣੀ ਸ਼ੇਪ ਲੱਭ ਰਿਹਾ ਬਈ, ਸੋਰਸ ਫੁੱਲ ਸੋਰਸ ਪਈਆ ਕਾਰ ਦੀ ਜੀ, ਜਾਨ ਬਹੁਤ ਆ ਕਾਰ ਦੀ ਬਿਲਕੁਲ ਹਨਾ। ਬੰਦੇ ਆ ਜਿਹੜੇ ਬੰਦਿਆਂ ਰੱਖੀ ਦੀ ਹੋਣਾ ਵਾ ਵੀ, ਜਾਨਦਾਰ ਬੰਦੇ ਆ ਜੀ, ਰੱਖੀ ਵੀ ਦੀ। ਲੈ ਵੀ ਇਹ ਕਾਰ ਉਹੀ ਬਾਈ, ਟਾਇਰ ਨਵੇਂ ਪਵਾ ਕੇ ਦੇ ਆ ਬਾਈ, ਜਾਨਦਾਰ ਬੰਦੇ ਕਹਿੰਦੇ ਤੇਲ ਨਹੀਂ ਪੈਣਾ, ਟਾਇਰ ਵੀ ਨਵੇਂ ਪਵਾ ਕੇ ਦਿੱਤੇ ਕਾਰ 'ਚ, ਤਾਂ ਵਧੀਆ ਬੰਦੇ ਨੂੰ ਵੇਚੀ ਕਾਰ। ਲੈ ਵੀ ਇਹ ਜਾਨਦਾਰ ਕਾਰ ਉਹੀ ਰੱਖ ਸਕਦਾ ਜਿਹਦੇ ਅੱਗੇ ਬੰਦੇ 'ਚ ਵੀ ਜਾਨ ਹੋਵੇ, ਮਾੜਾ ਬੰਦਾ ਤਾਂ ਬਾਈ ਡੀਜ਼ਲ ਦਾ ਖਰਚਾ ਨਹੀਂ ਚੱਲ ਸਕਦਾ। ਬਿਲਕੁਲ। ਰੇਟ ਤਾਂ ਦੱਸਦਾ ਵੀਰ ਦਾ? ਦੱਸ ਦਿਓ।
ਸਾਰੀ ਇਹਦੇ ਨਾਲ ਪਈ ਆ ਤੁਹਾਡੇ ਸਾਹਮਣੇ ਕਾਰ, ਇਹ ਵੀ ਚੈੱਕ ਕਰ ਲਓ ਬਈ ਹੈ ਨਾ, ਤੇ ਆ ਬੋਨਟ ਵੀ ਇਹਦੇ ਨਾਲ ਪਿਆ ਤੁਹਾਡਾ, ਕੱਲੇ ਬੰਪਰ ਉੰਪਰ ਪੇਟ ਲਾ ਲਗਾ ਵੀਰ, ਫੇਰ ਬਈ ਹੈ ਨਾ ਹੋਰ ਕੀ ਚਾਹੀਦਾ, ਲੈ ਜਾਓ ਬਈ ਜੇ ਕਿਸੇ ਨੇ ਟਾਇਰ ਵੀ ਨਾ 40-45 ਹਜ਼ਾਰ ਕਿਤੇ ਟਾਇਰ ਪਵਾ ਕੇ ਦੇ ਆ, ਨਵੇਂ ਬੰਦੇ ਨੇ ਫੁੱਲ ਇੰਸ਼ੋਰੈਂਸ ਪਈ ਆ ਕਾਰ ਦੀ, ਨਾਲੇ ਬਈ ਚਾਈਨਾ ਮੇਡ ਟਾਇਰ ਨਹੀਂ ਹੈਗੇ, ਤੁਹਾਡੇ ਟਾਇਰ ਵੀ ਸੀਟ ਦੇ ਟਾਇਰ ਨੇ ਬਈ ਹੈ ਨਾ, ਤੇ ਲੈ ਜਾਓ ਜੇ ਕਿਸੇ ਨੇ ਕਾਰ ਲੈਣੀ ਆ, ਨੰਬਰ ਮੈਂ ਸਕਰੀਨ ਤੇ ਪਾ ਦੇ, ਠੀਕ ਆ। ਤੇ ਅਗਲੀ ਕਾਰ ਆ ਗਈ ਆਪਣੇ ਲਵੇ ਪੋਲੋ ਜੀ, 14 ਮਾਡਲ ਜੀ, 14 ਮਾਡਲ ਬਈ, ਕਾਰ ਸੋਹਣੀ ਹੈ ਵੀ ਬਈ ਹੈ ਨਾ, 70 ਵਗੈਰਾ ਮੈਟ ਸਾਰੇ ਲੱਗੇ ਹੋਏ ਨੇ ਕਾਰ ਨੂੰ, ਗੁਰਪ੍ਰੀਤ ਅੰਦਰੋਂ ਦਿਖਾ ਦੇ ਕਾਰ, ਕੰਡੀਸ਼ਨ ਕਿੱਦਾਂ ਜੀ ਵੀਰੇ? ਵਧੀਆ ਕੰਡੀਸ਼ਨ ਆ ਜੀ, ਆਪਣੇ ਕੋਲ ਕੰਡੀਸ਼ਨ ਦੀ ਤਾਂ ਗੱਲ ਨਾ ਕਰੇ ਕਰੋ, ਵਧੀਆ ਕਾਰ ਆ ਜੀ ਆਪਣੇ ਕੋਲ ਜੀ, ਆਪਣਾ ਸਾਫ਼ ਸੁਥਰੀ ਕਾਰ ਜੀ, ਨਹੀਂ ਅਸੀਂ ਵੇਚਣੀ ਨਹੀਂ ਹੈ ਜੀ, ਕੁੱਤਾ ਕੁਆੜਦਾ ਜੀ, ਫੋਨ ਹੀ ਉਹ ਬੰਦਾ ਕਰੇ ਜਿਹਨੇ ਚੰਗੀ ਕਾਰ ਲੈਣੀ ਆ, ਮਾੜੀ ਕਾਰ ਲੈਣ ਵਾਲਾ ਮੇਰਾ ਭਰਾ ਵੀਡੀਓ ਨੂੰ ਅੱਗੇ ਚਾੜ ਦੋ, ਕੋਈ ਦਿੱਕਤ ਨਹੀਂ। ਤੇ ਆਪਣਾ ਰੇਟ ਦਾ? ਰੇਟ ਵੀਰੇ 14 ਮਾਡਲ ਹੈ ਜੀ, ਹਾਂਜੀ, ਇਹ ਲਾਸਟ ਕਾਰ ਮਿਲ ਜੇ 3,80,000 ਦੀ, 3,80,000 ਦੀ ਲੈ ਵੀ, ਰੇਟ ਦੱਸੋ ਕਮੈਂਟ ਕਰਕੇ ਕਿਵੇਂ ਲੱਗਿਆ। ਲੈ ਵੀ ਅਗਲੀ ਆ ਗਈ ਫਿਰ ਅਗੇਨ ਸਕਾਰਪੀਓ ਦਾ ਝੋਟਾ, ਝੋਟਾ ਕੰਡੀਸ਼ਨ ਵੀਰੇ? ਵਧੀਆ ਜੀ ਵਧੀਆ, ਘੱਟ ਚ 82,000 ਕਾਰ ਚੱਲੀ ਵੀ ਹੈ ਜੀ, ਕੰਪਨੀ ਰਿਕਾਰਡ ਤੇ ਚੱਲੀ ਵੀ ਹੈ ਸਾਰੀ, ਵਧੀਆ ਬੰਦਿਆਂ ਕੋਲ ਮੋਹਾਲੀ ਨੰਬਰ ਹੈ ਕਾਰ ਦਾ ਜੀ। ਅੱਛਾ, ਜਿਵੇਂ ਮੋਹਾਲੀ ਨੰਬਰ ਇਹ ਕਾਰ ਆਈ ਤਕਰੀਬਨ ਸਾਰੀਆਂ ਇਸ ਲਾਈਨ ਮਾ, ਠੀਕ ਹੈ ਹਾਂਜੀ। ਤੇ ਇਹਦਾ ਰੇਟ ਕਿੰਨਾ? ਇਹ ਰੇਟ ਵੀਰੇ ਆਪਾਂ ਨੂੰ ਕਾਰ ਲਾਸਟ ਮਿਲ ਜੇਗੀ 3,80,000 ਦੀ 11 ਜੀ, ਠੀਕ ਹੈ ਹਾਂਜੀ, ਮੋਹਾਲੀ ਨੰਬਰ ਹੈ ਜੀ। ਲੈ ਵੀ ਗੱਡੀ ਕਾਲੇ ਸ਼ੀਸ਼ੇ ਵਾਲੀ ਹੈ, ਅਲੋਏ ਵਧੀਆ ਪੇਵੇ, ਕਰੋਮ ਵਾਲੇ ਵਧੀਆ ਅਲੋਏ ਪੇਵੇ ਆ ਜੀ, ਕਾਲੇ ਸ਼ੀਸ਼ੇ ਨੇ ਕਾਰ ਦੇ ਬਈ ਹੈ ਨਾ। ਲੈ ਵੀ ਆ ਜਾਓ ਜੇ ਕਿਸੇ ਨੇ ਕਾਰ ਲੈਣੀ ਆ ਬਈ, ਤੇ ਰੇਟ ਕਾਰ ਦਾ ਵੀਰੇ? 3,80,000 ਜੀ, 3,80,000। 2000 ਮਾਡਲ ਕਿੰਨਾ? 11 ਜੀ, 11। ਤੇ ਹੁਣ ਬਈ ਅਲਟੋ ਕਾਰ ਦੀ ਗੱਲਬਾਤ ਕਰਦੇ ਆਪਾਂ, ਅਲਟੋ ਆਪਣੇ ਲਵੇ ਕਿਹੜੀ ਹੈ ਵੀਰੇ? ਇਹ K10 ਹੈ ਵੀਰੇ, 2015 ਜੀ, 15 ਮਾਡਲ K10 ਬਈ, ਕਾਰ ਸੋਹਣੀ ਹੈ, ਕਾਰ 38,000 ਚੱਲੀ ਵੀ ਹੈ ਜੀ, ਲਫਾਫੇ ਵੀ ਉਤਰਾ ਬਈ ਥੱਲੋਂ ਹਲੇ ਹੈ ਨਾ, ਸੀਟ ਕਵਰ ਵੀ ਹੁਣੇ ਲਫਾਫੇ ਤਾਰ ਕੇ ਚੜਾਏ ਹੈ ਜੀ, ਠੀਕ ਹੈ ਜੀ। ਲੈ ਵੀ ਆਪਣਾ ਸੀਟ ਕਵਰ ਸੋਹਣੇ ਨੇ ਬਈ ਇਹਦੇ ਨਾ, ਨਵੇਂ ਜੀ, ਨਵੇਂ ਹੋਣੇ ਜੀ, ਪਰ ਨਾਲ ਦੇ ਸੀਟ ਕਵਰ ਦੇ ਜੀ ਲਫਾਫੇ ਵੀ ਉਤਾਰੇ ਆ, 30,000 ਚੱਲੀ ਵੀ ਕਾਰ ਹੈ ਜੀ। ਤੇ ਸਟੀਰੀਓ ਦੇ ਉੱਤੇ ਵੀ ਨਹੀਂ ਹਾਲ ਤੱਕ ਬਈ ਹੈ ਨਾ, ਕੰਪਨੀ ਦਾ ਸਟੀਰੀਓ ਉੱਪਰ ਵੀ ਹਲੀ ਲਫਾਫੇ ਚੜੇ ਹੋਏ ਆ ਜੀ। ਤੇ ਇਹ ਬਈ ਇਹੀ ਨਾ ਛੋਟੀ ਛੋਟੀ ਪਛਾਣ ਹੁੰਦੀ ਆ ਵੀ ਕੰਪਨੀ ਦੀ ਜਿਹੜੀ ਓਰੀਜਨਲ ਗੱਡੀ ਹੁੰਦੀ ਹੈਗੀ। ਬਿਲਕੁਲ ਬਿਲਕੁਲ, 11ਵੇਂ ਮਹੀਨੇ ਦੀ ਕਾਰ ਆ। ਰੇਟ ਕਾਰ ਦਾ? ਰੇਟ ਕਾਰ ਦਾ ਵੀਰੇ 2,80,000 ਹੈ ਜੀ। ਮਾਨਤਾਨ ਹੋ ਜੀ? ਮਾਨਤਾਨ ਥੋੜਾ ਬਹੁਤਾ ਹੋ ਜਾਏਗਾ, ਜਮਾ ਥੋੜਾ ਬਹੁਤਾ ਜੀ, ਨਾ ਵਾ ਕੋਈ ਇੰਨਾ ਬਹੁਤਾ ਨਹੀਂ ਹੈ ਜੀ, ਛੋਟੀ ਕਾਰ ਆ ਜੀ ਹਾਂਜੀ। ਓਕੇ, ਤੇ ਅਗਲੀ ਕਾਰ ਆਪਾਂ ਤੁਹਾਨੂੰ ਉਹ ਕਾਰ ਦੇਣ ਜਾ ਰਹੇ ਹਾਂ ਬਈ, ਜਿਹੜੀ ਪੁਰਾਣੇ ਸਮਿਆਂ ਦੇ ਵਿੱਚ ਮਤਲਬ ਵੀ ਅੱਜ 10-15 ਸਾਲ ਪਹਿਲਾਂ ਕਾਰ ਆਈ ਹੈ, ਤੇ ਫੀਲ ਅੱਜ ਵਾਲੀ ਕਾਰ ਦੇ ਨਾਲ ਬਈ ਹੈ ਨਾ। ਆ ਜਾ ਗੁਰਪ੍ਰੀਤ ਦਿਖਾ ਦੇ ਕਾਰ ਬਈ ਹੈ ਨਾ, ਕਾਰ ਸੋਹਣੀ ਆ, ਹੋਂਡਾ ਸਿਟੀ, ਹੋਂਡਾ ਜੀ, ਲਗਜ਼ਰੀ ਫੀਲ ਜੀ, ਲਗਜ਼ਰੀ ਫੀਲ ਦੀ ਕਾਰ, ਟੱਪਣੀ ਵੀ ਗੱਡੀ ਦੇ ਹੇਠਾਂ ਨਹੀਂ ਲੱਗੇ ਲਈ, ਇਸ ਓਰੀਜਨ ਚ 11 ਮਾਡਲ ਦੀ ਉਹ ਟੱਪਣੀ ਪਈ ਹੈ ਜੀ, ਜਿੱਦਾਂ ਪਈ ਹੈ ਜੀ, ਉਦਾਂ ਹੀ ਤਰਪਾਲ ਪਈ ਹੈ ਗੱਡੀ ਦੇ ਜੀ, ਘੈਂਟ ਬੰਦਾ ਦਾ ਅੰਕਲ ਜੀ ਦੇ ਕਾਰ ਲੈ ਕੇ ਆਏ ਆ ਜੀ, ਠੀਕ ਹੈ, ਦਿਖਾਈ ਦਈਏ ਆਪਾਂ, ਵਧੀਆ ਜੀ ਵਧੀਆ, ਕਹਿੰਦੇ ਗੱਲਾਂ ਹੀ ਕਰੀਆਂ ਨੇ, ਦਿਖਾਉਂਦੇ ਕੁਛ ਹੈ ਨਹੀਂ ਹੈ, ਦਿਖਾਓ ਜੀ। ਲੈ ਬਈ ਚੈੱਕ ਕਰੋ ਬਈ ਗੱਡੀ ਦੀ ਕੰਡੀਸ਼ਨ, ਚੈੱਕ ਕਰੋ ਕੰਡੀਸ਼ਨ, ਬਹੁਤ ਸੋਹਣੀ ਵੀ ਆ ਅੰਦਰੋਂ ਵੀ ਪਿੱਛੋਂ ਵੀ ਹੈ ਨਾ, ਉਦਾਂ ਹੀ ਪਿਆ ਹੁੰਦਾ, ਇਹ ਟਾਇਰ ਵੀ 11 ਮਾਡਲ ਹੀ ਆ ਬਈ ਹੈ ਨਾ, ਨਾਲ ਦਾ ਜੀ ਜਿਹੜਾ ਨਾਲ ਦਾ ਆਉਂਦਾ ਬਈ ਹੈ ਨਾ, ਹਾਂਜੀ, ਇਦਾਂ ਜੇ ਦਈਏ ਗੱਡੀ ਖੋਪੇ ਭੰਨ ਕੇ ਲੈ ਜਾਂਦਾ ਅਗਲਾ, ਸ਼ਗਨ ਕਰਕੇ, ਸ਼ਗਨ ਤਿਆਰ ਕਰਕੇ, ਠੀਕ ਹੈ, ਆ ਹਿਸਾਬ ਨਾਲ ਗੱਡੀ ਜਾਂਦੀ ਆ ਬਈ ਹੈ ਨਾ, ਖੋਪੇ ਭੰਨ ਕੇ ਜਾਂਦੀਆਂ ਨੇ, ਹਾਂਜੀ, ਸ਼ਗਨ ਵੀ ਪਤਾ ਵੀ ਚੰਗੀ ਚੀਜ਼ ਜਾ ਰਹੀ ਆ ਤਾਂ ਖੋਪਾ ਭੰਨਣਾ ਬਣਦਾ ਹੀ ਹੈ, ਹਾਂਜੀ। ਇਹਦਾ ਰੇਟ ਸੀਗਾ? ਇਹ ਵੀਰੇ ਲਾਸਟ ਲਾਈ 2,95,000 ਦੀ, 11 ਮਾਡਲ 2,95 ਦੇ ਵਿੱਚ ਬਈ, ਠੀਕ ਆ। ਤੇ ਅਗਲੀ ਕਾਰ ਆ ਗਈ ਆਪਣੇ ਲਵੇ ਜੈਟਾ, ਜੈਟਾ ਜੀ ਹਾਂਜੀ, ਬਿਲਡ ਕੁਆਲਿਟੀ ਕਹਣਾ ਤੁਹਾਡੀ, ਬਿਲਡ ਕੁਆਲਿਟੀ ਹੈ, ਜਰਮਨ ਮੇਡ ਹੈ ਜੀ, ਓਡੀ ਸ਼ੇਪ ਹੈ ਜੀ, ਠੀਕ ਹੈ ਹਾਂਜੀ, ਗੱਡੀ ਜੈਟਾ ਹੈ, ਪੂਰੀ ਘੈਂਟ ਆ ਭਾਈ ਜੀ, ਪੂਰੀ ਘੈਂਟ ਜੀ। ਤੇ ਆ ਜਾਓ ਬਾਈ ਅੰਦਰੋਂ ਦਿਖਾ ਦਈਏ ਗੁਰਪ੍ਰੀਤ, ਇਹ ਫੀਲ
ਬਾਹਰੋਂ ਵੀ ਦਿੰਦੀ ਹੈ ਤੇ ਘਰ ਅੰਦਰ ਮੁੰਡੇ ਨੇ ਵਧੀਆ ਸ਼ੌਂਕ ਨੂੰ ਰੱਖੀ ਦੀ ਪੰਜਾਬ ਨੰਬਰ ਹੈ ਜੀ ਭੂਤ ਸਟੇਰਿੰਗ ਹੁੰਦੇ ਆ ਵਧੀਆ ਨਜ਼ਰ ਨਹੀਂ ਲੱਗਦੀ ਹਾਂਜੀ ਲੈ ਵੀ ਨਜ਼ਰ ਨਹੀਂ ਲੱਗਦੀ ਪਹਿਲਾਂ ਹੀ ਨਜ਼ਰ ਬੱਟੂ ਲਾਵਾ ਜੀ ਨਜ਼ਰ ਬੱਟੂ ਆ ਵੀ ਗੇਅਰ ਪਾਉਣ ਵੇਲੇ ਨਜ਼ਰ ਲੱਗੇ ਹਾਂਜੀ ਠੀਕ ਹੈ ਕੰਡੀਸ਼ਨ ਵਧੀਆ ਪਈ ਆ ਮਾਡਲ 2000 20 22 ਦੀ ਐਵਰੇਜ ਦੇਈ ਜਾਂਦੀ ਹੈ ਜੀ ਨਵਾਂ ਓਡੀ ਵਾਲਾ ਇੰਜਣ ਹੈ ਜੀ ਓਡੀ 6 ਜੀ ਠੀਕ ਹੈ ਹਾਂਜੀ 2013 ਜੀ 14 ਜੀ 4,45,000 ਜੀ ਲਾਸਟ ਜੀ ਠੀਕ ਹੈ ਹਾਂਜੀ ਲਾਈਟਾਂ ਵੀ ਭਈ ਇਹ ਆਪ ਧੋਂਦੀ ਹੈ ਹਾਂਜੀ ਆਪ ਧੋਂਦੀ ਹੈ ਓਡੀ ਮੰਗੋ ਜੀ ਸਾਰੇ ਫਿਊਚਰ ਹੈ ਜੀ ਸਾਰੇ ਵਰਕਿੰਗ ਜੀ ਅਗਲੀ ਕਾਰ ਵਰਨਾ ਵੀਰੇ ਮਾਡਲ ਨਾ 11 ਮਾਡਲ ਹੈ ਜੀ 11 ਮਾਡਲ ਹੈ ਜੀ ਠੀਕ ਹੈ ਓਨਰ ਫਸਟ ਸੈਕਿੰਡ ਓਨਰ ਹੈ ਜੀ ਮੋਹਾਲੀ ਨੰਬਰ ਹੈ ਜੀ ਰੇਟ ਵੀਰੇ ਮਿਲ ਜਾਏਗੀ 3,30,000 ਦੀ 3,30,000 ਦੀ ਜੀ ਲੈ ਵੀ ਸੀਟ ਕਵਰ ਇਹਦੇ ਵੀ ਨਵੇਂ ਨੇ ਨਵੇਂ ਜੀ ਨਵੇਂ ਸੀਟ ਕਵਰ ਸੋਹਣੇ ਨੇ ਬਈ ਪਾਏ ਹੋਏ ਹੈ ਨਾ ਵਧੀਆ ਜੀ ਵਧੀਆ ਕੁਆਲਿਟੀ ਜੀ ਰੇਟ 3,30,000 ਮੋਹਾਲੀ ਨੰਬਰ ਹੈ ਜੀ ਠੀਕ ਹੈ ਤੇ ਬਾਈ ਘੈਂਟਾ ਕਾਰ ਹੈ ਨਾ ਪੂਰੀ ਲੈ ਜਾਓ ਵਰਨਾ ਕਾਰ ਅਗਰ ਕਿਸੇ ਵੀ ਬਾਈ ਨੇ ਕਾਰ ਲੈ ਕੇ ਜਾਣੀ ਆ ਅਗਲੀ ਤੁਹਾਨੂੰ ਆਟੋਮੈਟਿਕ ਕਰੂਜ਼ ਕਾਰ ਦੇ ਰਿਹਾ ਬਾਈ 2012 ਜੀ 12 ਮਾਡਲ ਬਾਈ ਲੈ ਜੀ ਫਸਟ ਓਨਰ ਚੰਡੀਗੜ੍ਹ ਨੰਬਰ ਹੈ ਜੀ ਗੁਰਪ੍ਰੀਤ ਅੰਦਰੋਂ ਦਿਖਾ ਇੱਧਰ ਦੀ ਆ ਜਾ ਕਾਰ ਨੂੰ ਦਿਖਾਈਏ ਬਈ ਲੈਦਰ ਸੀਟ ਕਵਰ ਲੋਏ ਟਾਇਰ ਲਗੇ ਵੀ ਆਟੋਮੈਟਿਕ ਜੀ ਇਹ ਕਾਰ 'ਚ ਬਾਈ ਉਹ ਕਿਹੜੀ ਚੀਜ਼ ਹੈ ਨਹੀਂ ਵੀ ਜਿਹੜੀ 'ਚ ਨਾ ਹੋਵੇ ਬਾਈ ਹੈ ਨਾ ਸਾਰਾ ਕੁਛ ਹੈ ਵੀ ਆਟੋਮੈਟਿਕ ਸਨਰੂਫ ਕਰੂਜ਼ ਕੰਟਰੋਲ ਤੇ ਬਾਕੀ ਓਕੇ ਹੈ ਬਈ ਕਾਰ ਹੈ ਨਾ ਹਾਂਜੀ ਹਾਂਜੀ ਮਾਡਲ 2012 ਲੈ ਵੀ 2,95,000 ਦੀ ਲਾਸਟ ਕਾਰ ਹੈ ਜੀ ਸਨਰੂਫ ਵਾਲੀ ਰੇਟ ਸੀਗਾ ਕਾਰ ਦਾ 2,95,000 ਲਾਸਟ ਜੀ ਆਟੋਮੈਟਿਕ ਜੀ ਤੇ ਅਗਲੀ ਕਾਰ ਤੁਹਾਨੂੰ ਆਪਾਂ ਦੇ ਦਈਏ ਬਈ ਸਕਾਰਪੀਓ ਕਾਰ ਹੈ ਓਲਡ 6 ਓਲਡ 6 12 ਮਾਡਲ ਜੀ 12 ਮਾਡਲ ਹਾਂਜੀ ਉਹ ਓਰੀਜਨਲ ਹੀ ਪਿਆ ਬਈ ਚੰਡੀਗੜ੍ਹ ਨੰਬਰ ਹੈ ਹਾਂਜੀ ਓਰੀਜਨਲ ਜੋ ਸਟicker ਨਾਲ ਦੇ ਪਹਿਲਾਂ ਕੰਪਨੀ ਸਟicker ਲਾ ਕੇ ਦਿੰਦੀ ਹੁੰਦੀ ਸੀਗੀ ਇੱਥੋਂ ਬਈ ਪਤਾ ਲੱਗ ਰਿਹਾ ਵੀ ਕਾਰ ਦਾ ਵੀ ਰੇਟ ਤਾਂ ਪੇਂਟ ਵੀ ਨਹੀਂ ਕਰਾ ਸਕਦੇ ਆਪਾਂ ਜੀ ਇਹਨੂੰ ਆਪਾਂ ਪੇਂਟ ਵੀ ਨਹੀਂ ਕਰਾ ਸਕਦੇ ਹਾਂਜੀ ਪੇਂਟ ਉਦੋਂ ਹੋ ਜਦੋਂ ਸਟicker ਉਤਰਨਗੇ ਬਈ ਮਤਲਬ ਵੀ ਬੌਂਡ ਤੁਹਾਡਾ ਓਰੀਜਨਲ ਵਾਲਾ ਹੈ ਹਾਂਜੀ 12 ਮਾਡਲ ਰੇਟ ਵੀ ਇਹ ਵੀਰੇ ਲਾਸਟ ਗੱਡੀ 3,90,000 ਦੀ ਮਿਲ ਜਾਏਗੀ ਠੀਕ ਹੈ ਫਰੰਟ ਸ਼ੀਸ਼ਾ ਤੱਕ ਵੀ ਨਾਲ ਲੱਗਦਾ ਜੀ 12 ਮਾਡਲ ਦੀ ਠੀਕ ਹੈ ਤੇ ਅਗਲੀ ਆਵਾ ਤੁਹਾਨੂੰ ਦਵਾਂ ਕੈਪਟਿਵਾ 7 ਸੀਟਰ ਦੇ ਵਿੱਚ ਬਿਲਡ ਕੁਆਲਿਟੀ ਹੈ ਵਧੀਆ ਗੱਡੀ ਦੀ ਜਰਾ ਇਹ ਤਾਂ ਹਾਂਜੀ ਇਹ ਬਾਹ ਫੋਰਨ ਗੱਡੀਆਂ ਜ਼ਿਆਦਾ ਆਟੋਮੈਟਿਕ ਜਿਹੜੇ ਆਟੋਮੈਟਿਕ ਕਾਰ ਦੇ ਫੋਨ ਵੀ ਆਉਂਦੇ ਬਾਹਰ ਤੋਂ ਆਉਂਦੇ ਇਹਨਾਂ ਦੀ ਵੀਰਾਂ ਦੇ ਜ਼ਿਆਦਾ ਆਟੋਮੈਟਿਕ ਕਿਉਂਕਿ ਬਾਹਰ ਵੀ ਆਟੋਮੈਟਿਕ ਕਾਰਾਂ ਦਾ ਯੁੱਗ ਹੈ ਜੀ ਇੱਥੇ ਵੀ ਅਗਲਾ ਆਟੋਮੈਟਿਕ ਹੀ ਭਾਲਦਾ ਜੀ ਸਹੀ ਗੱਲ ਹਾਂਜੀ ਗੇਅਰ ਪਾਉਣੇ ਔਖੇ ਲੱਗਦੇ ਹਾਂਜੀ ਹਾਂ ਗੇਅਰ ਪਾਉਣੇ ਔਖੇ ਲੱਗਦੇ ਆਉਣੇ ਵਾਲੀ ਪੀੜ੍ਹੀ ਦੀ ਨੂੰ ਜੀ ਆ ਜਾਓ ਬਾਈ ਕੰਪਨੀ ਬਿਲਡ ਆਪਾਂ ਕਹਿ ਦਈਏ ਵੀ ਇਹਦਾ ਟੱਚ ਪਲੇਅਰ ਲੱਗਿਆ ਹੈ ਬਾਈ ਹਨਾ ਹਾਂਜੀ ਆਟੋਮੈਟਿਕ ਜੀ ਇਹਨੂੰ ਵੀ ਬਾਈ ਬੰਦਾ ਜਾਨਦਾਰ ਚਲਾਵੇ ਹਨਾ ਵੀ ਹਾਂਜੀ ਹਲਕਾ ਬੰਦਾ ਇਹਨੂੰ ਵੀ ਨਹੀਂ ਚਲਾ ਸਕਦਾ ਬਿਲਕੁਲ ਬਿਲਕੁਲ ਠੀਕ ਹੈ ਤੇ ਕਾਰ ਵਧੀਆ ਤੇਲ ਖਰਚਾ ਵੀ ਖੈਰ ਇਹਦਾ ਹੁੰਦਾ ਹੀ ਆ ਬਾਬਾ ਸੁੱਖ ਰੱਖੇ ਨਾ ਹਾਂਜੀ ਹਾਂਜੀ ਤੇ 7 ਸੀਟਰ ਚ ਕਾਰ ਮਿਲਦੀ ਆ ਰੇਟ ਕਾਰ ਦਾ ਇਹ ਵੀਰੇ ਲਾਸਟ ਗੱਡੀ 3,20,000 ਦੀ ਮਿਲ ਜਾਏ 3,20,000 ਦੀ 11 ਮਾਡਲ ਜੀ ਫਸਟ ਸਟੈਂਡ ਕਾਰ ਹੈ ਜੀ ਕਿਸੇ ਨੇ ਇੰਜੋਏ ਕਰਨਾ ਬਈ ਤਾਂ ਆ ਲੈ ਇਹ ਗੱਡੀ ਨਾ ਇਦਾਂ ਲੱਗਦੀ ਜਿੱਦਾਂ ਬਾਹਰ ਨਹੀਂ ਫੋਰਨ ਮਾ ਦੇਖੀ ਆਪਾਂ ਨੇ ਗੱਡੀਆਂ ਜੀ ਉਦਾਂ ਦੀ ਕਾਰ ਹੈ ਆ ਗਏ ਜਰਮਨ ਮਾ ਹੋ ਗਈਆਂ ਜੀ ਇੱਕਾਂ ਮੈਂ ਇਦਾਂ ਹੀ ਕਾਰਾਂ ਬਹੁਤ ਦੇਖੀ ਥੋੜੇ ਟਾਈਮ ਖੜੋ ਅਰਬਾਣੀਆਂ ਅਰਬੂਣੀਆਂ ਬਾਈ ਉਧਰ ਬਹੁਤ ਇਦਾਂ ਦੀਆਂ ਕਾਰਾਂ ਬਾਹਰ ਜੀ ਕਪਤਾਨ ਕਹਿ ਲੋ ਜੀ ਹਾਂਜੀ ਕਪਤਾਨ ਵਾਲੀ ਸੀਟਾਂ ਰੇਟ ਕਿੰਨੇ ਦਾ ਰੇਟ ਵੀਰੇ ਲਾਸਟ ਕਾਰ ਤੁਸੀਂ ਦੱਸ ਦੋ ਕਿੰਨੀ ਕੀ ਦੇ ਦੀ 14 ਮਾਡਲ ਡੀਜ਼ਲ ਕਾਰ 1,50,000 ਚ ਪੁੱਗ ਦਿਆ ਨਹੀਂ ਇੰਨੀ ਕਿੱਥੇ ਪੁੱਗੀ 2,20,000 ਦੀ ਕਾਰ ਲਾਸਟ ਦੇ ਦੇਣਗੇ 2,50,000 ਰੁਪਿਆ ਮੰਗਦੇ 2,20,000 30,000 ਰੁਪਿਆ ਤੁਹਾਡੇ ਕਰਕੇ ਛੱਡਦੇ ਆ ਜੀ ਅੱਖਾਂ ਖੁੱਲ ਗਈਆਂ ਸੀ ਬਾਈਆਂ ਦੀਆਂ ਵੀ ਗੱਲ ਬਣ ਗਈ ਆ 14 ਮਾਡਲ ਮੋਹਾਲੀ ਨੰਬਰ ਫਸਟ ਸਟੈਂਡ ਕਾਰ ਹੈ ਠੀਕ ਹੈ ਤੇ ਅਗਲੀ ਲਾਸਟ ਕਾਰ ਦੇਣ ਜਾ ਰਿਹਾ ਆਪਾਂ ਤੁਹਾਨੂੰ ਬਾਈ ਆਪਣੇ ਲਵੇ ਟ੍ਰੈਨੋ ਹਾਂਜੀ ਕਿੰਨਾ ਮਾਡਲ ਹੈ ਇਹ ਵੀਰੇ 13 ਫਸਟ ਸਟੈਂਡ ਜੀ ਠੀਕ ਹੈ ਟਾਇਰ ਟੱਪਾ ਨਵਾਂ ਵਧੀਆ ਕਾਰ ਹੈ ਜੀ 100 ਮਾਡਲ ਜੀ
ਠੀਕ ਹੈ ਹਾਂਜੀ ਤੇ ਨੰਬਰ ਕੰਡੀਸ਼ਨ ਇੱਕ ਨੰਬਰ ਇੱਕ ਨੰਬਰ ਜੀ ਫਸਟ ਹੈਂਡ ਹੈ ਜੀ 2,95,000 ਦੀ ਕਾਰ ਮਿਲ ਜੇ ਲਾਸਟ 2013 ਟ੍ਰੈਨੋ ਠੀਕ ਹੈ ਵੀਰੇ ਹਾਂਜੀ ਕਲਰ ਵੀ ਵਧੀਆ ਆਉਂਦਾ ਦੇਖੋ ਵਧੀਆ ਕਿਹੋ ਜਿਹੇ ਕਲਰ ਵੀ ਜੱਚਦੀ ਟ੍ਰੈਨੋ ਇੱਕ ਗ੍ਰੀਨ ਜੀ ਇੱਕ ਆਹ ਕਲਰ ਹੋ ਗਿਆ ਜੀ ਅੱਛਾ ਹੁਣ ਲੋਨ ਹੋ ਜਾਊਗਾ ਲੋਨ ਵੀਰੇ ਹੋ ਜਾਏਗਾ ਸਿਬਲ ਵਧੀਆ ਹੋਣਾ ਚਾਹੀਦਾ ਲੋਨ ਹੋ ਜਾਏਗਾ ਜੀ ਅੱਛਾ ਕਿਹੜੇ ਕਿਹੜੇ ਮਾਡਲ ਤੋਂ ਕਾਰ 12 ਮਾਡਲ ਤੋਂ ਲੋਨ ਸਟਾਰਟ ਹੋਏਗਾ ਵੀਰੇ 12 ਤੋਂ 12 13 14 ਉੱਪਰ ਜਿੰਨੇ ਮਰਜ਼ੀ 12 11 ਮਾਡਲ 'ਤੇ ਲੋਨ ਨਹੀਂ ਹੋਊਗਾ ਜੀ ਠੀਕ ਹੈ ਹਾਂਜੀ ਆ ਜਾਓ ਫਿਰ ਬਾਈ ਜੇ ਕਿਸੇ ਨੇ ਕੋਈ ਕਾਰ ਲੈਣੀ ਆ ਟਰਾਈ ਸਿਟੀ ਕਾਰ ਮੋਹਾਲੀ ਸੈਕਟਰ 77 ਵਿਜ਼ਿਟ ਕਰ ਲਿਓ ਬਾਈ ਹੈਨਾ ਸਾਡਾ ਮਕਸਦ ਆ ਤੁਹਾਨੂੰ ਚੰਗੀਆਂ ਕਾਰਾਂ ਦੇਣਾ ਬਾਈ ਹੈਨਾ ਤੇ ਮਾੜੀ ਕਾਰ ਲੈਣ ਲਈ ਮੇਰਾ ਵੀਰ ਫੋਨ ਨਾ ਕਰੋ ਚੰਗੀਆਂ ਕਾਰਾਂ ਦੇ ਤੁਸੀਂ ਚੰਗੀਆਂ ਕਾਰਾਂ 'ਚ ਚੰਗੀ ਕਾਰ ਦਾ ਰੇਟ ਵੀ ਚੰਗਾ ਹੋਵੇਗਾ ਉਸ ਨੂੰ ਕਮੈਂਟ ਨਾ ਕਰੀ ਕਰੋ ਵੀ ਮੈਨੂੰ ਇੰਨੇ ਦੀ ਮਿਰਰੀ ਦੀ ਗੱਡੀ ਉਹ ਕੂੜੇ ਕਬਾੜ ਦੂ ਵਧੀਆ ਕਾਰ ਦਾ ਵਧੀਆ ਰੇਟ ਹੁੰਦਾ ਵੀਰ ਗੱਲ ਕਰਾਂ ਬਾਈ ਅਗਰ ਤੁਸੀਂ ਕੋਈ 12-13 ਮਾਡਲ ਕੋਈ ਸਵਿਫਟ ਵੀ ਸਵਿਫਟ ਦੀ ਗੱਲ ਕਰ ਲਈ ਹੈ ਨਾ ਵਧੀਆ ਕਾਰ ਦਾ ਰੇਟ ਬਾਈ 3.5-3.5 ਲੱਖ ਆਰਾਮ ਦੇ ਹੈ ਵੀਰ ਹਾਂਜੀ HR ਨਾਲ ਪੰਜਾਬ ਨੰਬਰ ਨੂੰ ਕਮੈਂਡ ਹੈ ਕਰੋ ਵੈਸੇ ਹੀ ਲੱਖ ਰੁਪਏ ਦਾ ਫਰਕ ਹੁੰਦਾ HR ਦਿੱਲੀ ਦਾ ਜੀ ਉਹ 'ਚ ਹੁੰਦਾ ਕੀ ਆ ਬਾਈ 3.5-3.5 ਲੱਖ ਰੁਪਏ ਜਿਹੜੀ ਕਾਰ ਆਉਂਦੀ ਆ ਉਹ ਹੁੰਦੀ ਆ ਵਧੀਆ ਕਾਰ ਵਧੀਆ ਹਾਂਜੀ ਵਧੀਆ ਵਧੀਆ ਕਮੈਂਟ ਪਤਾ ਕਮੈਂਟ ਆਉਣਗੇ ਬਾਈ 2 ਲੱਖ ਰੁਪਈਆਂ ਦੀ 2.25 ਲੱਖ ਰੁਪਈਆਂ ਦੀ ਮਿਲ ਜੂਗੀ ਸਾਰਾ ਕੁਝ ਮਿਲ ਜਾਂਦਾ ਹਨਾ ਪਰ ਉਹਦੇ ਤੇ ਖਰਚਾ ਉਨਾ ਹੀ ਹੋ ਜਾਣਾ ਦੁਬਾਰਾ ਤੇ ਫਿਰ ਹੈਰਾਨ ਮਿਸਤਰੀਆਂ ਕੋਲ ਖੜੇ ਰਹਿਣਗੇ ਹੈਰਾਨ ਹੈਰਾਨਗੀ ਹੋਊਗੀ ਉਨੀ ਹੋ ਇਹਦੇ ਤੇ ਪਹਿਲਾਂ ਹੀ ਵੀਰੇ ਡੀਜ਼ਲ ਪਾਓ ਗੱਡੀ ਚਲਾਓ ਆਪਣੀ ਪਹਿਲਾਂ ਹੀ ਵਧੀਆ ਕਾਰ ਲਿਓ ਜੀ ਹਾਂਜੀ ਮਾਹਲੀ ਚੰਡੀਗੜ੍ਹ ਤੇ ਸਾਫ ਸੁਥਰੀਆਂ ਕਾਰਾਂ ਕਿਤੇ ਨਹੀਂ ਮਿਲਦੀਆਂ ਕਿਤੇ ਨਹੀਂ ਮਿਲਦੀਆਂ ਬਾਈ ਮਾਹਲੀ ਚੰਡੀਗੜ੍ਹ ਚੰਡੀਗੜ੍ਹ ਦੀ ਕਾਰ ਕਿੰਨੀ ਚੱਲਦੀ ਆ ਹਰ ਮਾਹਲੀ ਦੀ ਵੀਰੇ ਅਗਲਾ ਨੌਕਰੀ ਵਾਲਾ ਬੰਦਾ ਜੀ ਘਰ ਤੋਂ ਨੌਕਰੀ ਨੌਕਰੀ ਇੰਨੇ ਗਏ ਕੋਠੀਆਂ ਵਾਲੇ ਦੇ ਜੀ ਗੱਡੀ ਕਿੰਨੀ ਚੱਲਦੀ ਗੱਡੀ ਰਮਾਂ ਵੀ ਨਹੀਂ ਹੁੰਦੀ ਚੰਡੀਗੜ੍ਹ ਮਾਹਲੀ ਵਾਲੀ ਕਾਰ ਇੱਕ ਵਾਰ ਮੇਰਾ ਬਾਈ ਨਾਲ ਪੋਡਕਾਸਟ ਚੱਲ ਰਹੀ ਕਿਸੇ ਨਾਲ ਕਹਿੰਦਾ ਬਾਈ ਵਧੀਆ ਕਾਰਾਂ ਕਿੱਥੋਂ ਮਿਲਦੀਆਂ ਹਾਂਜੀ ਉਹਦੀ ਹਾਂ ਚੰਡੀਗੜ੍ਹ ਤੋਂ ਹਾਂ ਚੰਡੀਗੜ੍ਹ ਤੋਂ ਵੀਰੇ ਚੰਡੀਗੜ੍ਹ ਦੀ ਕਾਰ ਜੀ ਡੀਲਰ ਵੀ ਜਿਹੜੇ ਪੰਜਾਬ ਦੀ ਹੈ ਵੈਸੇ 20-30 ਹਜ਼ਾਰ ਰੁਪਇਆ ਚੰਡੀਗੜ੍ਹ ਤੋਂ ਮਹਿੰਗੀ ਕਾਰ ਲੈ ਜਾਂਦੇ ਆ ਜੀ ਕਿ ਉਹ ਸਾਫ਼ ਸੁਥਰੀ ਕਰ ਗਏ ਕਾਰ ਜੀ ਵੀ ਆਪਾਂ ਕਹੀ ਜਾਂਦੇ ਯਾਰ ਚੰਡੀਗੜ੍ਹ ਤੁਸੀਂ NOC ਕਢਾ ਕੇ ਨੰਬਰ ਲਵਾ ਕੇ ਵੀ ਗੱਡੀ ਮਹਿੰਗੀ ਨਹੀਂ ਪੈਂਦੀ ਇੱਕ ਗੱਲ ਹੋਰ ਵੀ ਵੀਰੇ ਕੋਈ ਬੰਦਾ ਚੰਡੀਗੜ੍ਹ ਤੋਂ ਕਾਰ ਲੈ ਰਿਹਾ ਬਾਈ ਹਨਾ ਉਹ ਚੰਡੀਗੜ੍ਹ ਦੇ ਬੰਦਿਆਂ ਦੀ ਵੀ ਗੱਲ ਕਰ ਲਈ ਆਪਾਂ ਸਾਰੇ ਪੜ੍ਹੇ ਲਿਖੇ ਬੰਦੇ ਪੜ੍ਹੇ ਲਿਖੇ ਵਧੀਆ ਉਹ ਚੰਗੇ ਤਰੀਕੇ ਨਾਲ ਹੀ ਚਲਾਈਆਂ ਹੁੰਦੀਆਂ ਚੰਗੇ ਹਾਂਜੀ ਜਿਹੜਾ ਕੋਈ ਲਊਗਾ ਉਹ ਵੀ ਚੰਗੀ ਕਾਰ ਜ਼ਿਆਦਾਤਰ ਕੰਡੀਸ਼ਨ ਅਗਲਾ 5-5 ਮਾਡਲਾਂ ਦੇ ਵੀ ਲੋਕ ਕੰਪਨੀ 'ਚ ਕੰਮ ਕਰਾਉਂਦੇ ਹੈ 5-5 ਮਾਡਲਾਂ ਦੇ ਤੁਸੀਂ ਦੇਖੋ ਕਿੰਨੇ ਸਾਂਭਾਲਵਾਂ ਹੋਊਗੀਆਂ ਕਾਰਾਂ ਠੀਕ ਹੈ ਦਿੱਲੀ ਦੇ ਲੇਨ ਲੰਘ ਕੇ ਪਰਸੋਂ ਮੇਰੇ ਮਿੱਤਰ ਮੈਂ ਇਹ ਦੁਬਾਰਾ ਫੋਰਚੂਨਰ ਨੇ ਵੀ ਕਿਹਾ ਦਿੱਲੀ ਲੇ ਜਿੰਨੇ ਇੱਥੇ ਤੋਂ ਸਸਤ ਡਿਸਕਾਊਂਟ ਦਾ ਆ ਰਿਹਾ ਤਾਂ ਉਨੇ ਹੀ ਉਹ 60-70 ਹਜ਼ਾਰ ਰੁਪਇਆ ਖਾ ਪੀ ਆਏ ਲੈ ਠੀਕ ਹੈ ਬਸ ਬਾਈ ਵਿਜ਼ਿਟ ਕਰ ਲਿਓ ਬਈ ਗੱਲਾਂ ਤਾਂ ਮੁੱਕਦੀ ਨਹੀਂ ਜਦੋਂ ਤੁਸੀਂ ਉਰੇ ਆ ਕੇ ਗੱਲਾਂ ਕਰਨ ਲੱਗ ਗਏ ਬਾਈ ਨਾ ਲੜੀ ਟੁੱਟਣੀ ਮੇਰਾ ਭਰਾ ਆ ਜਾਓ ਵਿਜ਼ਿਟ ਕਰ ਲਿਓ ਨਾਲੇ ਤਾਂ ਚਾਹ ਪੀਵਾਂਗੇ ਨਾਲੇ ਤੁਹਾਨੂੰ ਕਾਹ ਦੀ ਲੈਣੀ ਨਹੀਂ ਲੈਣੀ ਉਹ ਤੁਹਾਡੀ ਇੱਛਾ ਜੀ ਪਰ ਚਾਹ ਤੁਹਾਨੂੰ ਜ਼ਰੂਰ ਪਿਲਾ ਕੇ ਭੇਜਾਂਗਾ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਫਿਰ ਵੀਰੇ ਸਤਿ ਸ਼੍ਰੀ ਅਕਾਲ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ